हाँ जी सत श्री अकाल जी सारयां नूं। हेलो पुत्र वेट वेट कर ਕਿੱਦਾਂ ਕੀ ਹਾਲ ਚਾਲ ਸਾਰੇ ਵੀਰਾਂ ਦਾ ਠੀਕ ਠਾਕ ਕਿੱਦਾਂ ਜੀ ਠੀਕ ਠਾਕ ਸਾਰੇ ਕੀ ਹਾਲ ਚਾਲ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਸੁਣਾ ਬਾ ਕੀ ਹਾਲ ਆ ਵਧੀਆ ਵਧੀਆ ਬਾਈ ਠੀਕ ਠਾਕ ਤੂੰ ਸੁਣਾਓ ਬਾ ਠੀਕ ਆ ਹੋਰ ਸਾਡੇ ਬੈਠੇ ਮੈਂ ਅੱਜ ਲਾਈਵ ਹੁੰਦੇ ਚੱਲ ਗੱਲਾਂ ਬਾਤਾਂ ਕਰਦੇ ਹਾਂ ਵਧੀਆ ਬਾਈ ਮੈਂ ਵੀ ਹੁਣ ਖੋਲ ਲਿਆ ਸੀ ਫੋਨ ਮੈਂ ਦੇਖਿਆ ਬਾਈ ਬੈਠਾ ਮੈਂ ਕਿਹਾ ਚੱਲ ਕਰੀਏ ਗੱਲਾਂ ਠੀਕ ਠੀਕ ਆ ਹੋਰ ਕਿਵੇਂ ਆ ਵਧੀਆ ਬਾਈ ਠੀਕ ਠਾਕ ਸਾਰੇ ਤੂੰ ਦੱਸ ਘਰ ਪਰਿਵਾਰ ਵਧੀਆ ਐ ਠੀਕ ਆ ਤੂੰ ਦੱਸ ਕਿੱਦਾਂ ਘਰੇ ਬੱਚੇ ਸਾਰੇ ਵਧੀਆ ਨੇ ਬਾਈ ਨਜ਼ਾਰੇ ਲੱਗਦੇ ਨੇ ਉਹ ਪੈਂਦੀ ਆ ਅੱਛਾ ਗਰਮੀ ਆ ਹੋਣੀ ਨਾ ਬਾਪੂ ਦਾ ਹਟਾ ਲੈਂਦਾ ਗਰਮੀ ਹਾਂ ਉਹ ਕਿੱਦਾਂ 5 ਵਜੇ ਬਰਫ਼ ਪਾ ਲੈਂਦਾ ਗਲਾਸ ਚ ਠੰਡਾ ਠੰਡਾ ਹੋ ਜਾਂਦਾ ਹੈ ਦਵਾਈ ਆ ਦਵਾਈ ਘਰ ਦੀ ਦਵਾਈ ਦਵਾਈ ਦਾ ਹਾਂ ਬੱਸ ਅਗੇਟੋ ਬਰ ਅੱਛਾ ਅੱਛਾ ਹਲੋ ਸਤਿ ਸ਼੍ਰੀ ਅਕਾਲ ਉੱਚੀ ਲਾਉਣ ਲਈ ਹੈਲੋ ਸਤਿ ਸ਼੍ਰੀ ਅਕਾਲ ਹੈਲੋ ਉੱਚੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਆ ਹਾਂ ਤੂੰ ਕਿੱਦਾਂ ਠੀਕ ਆ ਅਸੀਂ ਪੁੱਤ ਹਾਂ ਅਜਾ ਤੂੰ ਵੀ ਪੁੱਤ ਤੁਸੀਂ ਦੱਸੋ ਆ ਵੱਡਾ ਗਿਆ ਆਪਣਾ ਹੈਲੋ ਹੈਲੋ ਉਹ ਸੰਗਰਾ ਇਹਦਾ ਜਮੀ ਬਾਈ ਤੇਰੇ ਤੇ ਆ ਸੰਗ ਦਾ ਕਰੂ ਤੇਰੇ ਤੇ ਆ ਨਗਰੀ ਕਰਦਾ ਉਹ ਕਹਿੰਦਾ ਮੈਂ ਨਹੀਂ ਆਉਂਦਾ ਲਾਈਵ ਚ ਹੋਰ ਠੀਕ ਠਾਕ ਆ ਕਿੱਦਾਂ ਕਿੱਧਰ ਜਾ ਰਹੇ ਆ ਬਾਈ ਮੈਂ ਚੱਲੇ ਪਟਿਆਲੇ ਡਾਕਟਰ ਦੇ ਅੱਛਾ ਡਾਕਟਰ ਦੇ ਗੋਡਾ ਹੁਣ ਹਾਂ ਉਹ ਗੋਡੇ ਦਾ ਥੋੜਾ ਜਿਹਾ ਐਮਸੀਐਲ ਖਿੱਚਿਆ ਗਿਆ ਜਿਹੜਾ ਮਾੜਾ ਜਿਹਾ ਅੱਛਾ ਅੱਛਾ ਚੱਲ ਕੋਈ ਨਹੀਂ ਇਹ ਕਰਕੇ ਕਿੰਨਾ ਰੈਸਟ ਰੈਸਟ ਡਾਕਟਰ ਨੇ ਹਜੇ ਦੱਸਿਆ ਕਹਿੰਦਾ ਮੈਨੂੰ ਕਹਿੰਦਾ 2-4 ਦਿਨਾਂ ਤੱਕ ਰਨਿੰਗ ਕਰਕੇ ਦੇਖੀ ਅੱਛਾ ਅੱਛਾ ਹਾਂ ਫੇਰ ਦੇਖੂਗਾ ਬਾਈ ਕੀ ਕਹਿੰਦਾ ਉਸ ਤੋਂ ਬਾਅਦ ਕਿਰਪਾ ਰੱਖੇ ਆਹ ਉਹ ਫਟ ਹੁਣ ਮੈਚ ਸ਼ੁਰੂ ਹੋ ਗਿਆ ਬਾਬੇ ਕਿਰਪਾ ਨਾ ਹਾਂ ਚੱਲ ਪਏ ਬਾਈ ਮੈਚ ਹੁਣ ਹਾਂ ਜੇ ਸਹਿ ਹੁਣ ਸਾਰੇ ਉਹਨਾਂ ਦੇ ਮਾਝੇ ਵਾਲਾ ਮਾਝੇ ਉਹਦਾ ਮਾਝੇ ਵੀ ਮੈਚ ਬਹੁਤ ਹੋਇਆ ਗਈ ਨਾ ਬਾਈ ਹਾਂ ਮਾਝੇ ਚ ਨਹੀਂ ਬੰਦ ਹੋਏ ਇਦਾਂ ਚਲੋ ਉਧਰ ਨਹੀਂ ਮੈਚ ਜਮੀ ਬੰਦ ਹੋਏ ਉੱਤੇ ਲਾਕਡਾਊਨ ਚ ਵੀ ਮੈਚ ਕਰਾਈ ਗਏ ਉਹਦਾ ਜੈ ਨਹੀਂ ਮਾਝੇ ਵਾਲੇ ਕਬੱਡੀ ਨੂੰ ਰੱਖਿਆ ਜਾਂਦਾ ਕਹ ਲੋ ਇੱਕ ਪਲੇਅਰਾਂ ਦੀ ਨਾ ਪਿਛਲੇ ਸਾਲ ਵੀ ਦੇਖਿਆ ਜਾਵੇ ਨਾ ਪਿਛਲੇ ਸਾਲ ਵੀ ਆਪਾਂ ਦੇਖੀਏ ਤਾਂ ਮਾਝੇ ਨੇ ਕਬੱਡੀ ਬਹੁਤ ਬਚਾਈ ਆ ਹਾਂ ਨਹੀਂ ਰੱਖ ਉਹ ਉਹਨਾਂ ਨੇ ਮੈਚ ਨਹੀਂ ਬੰਦ ਕਰੇ ਉਹ ਮੈਚ ਕਰਾਈ ਹੁਣ ਵੀ ਚੱਲਦਾ ਹੁਣ ਵੀ ਚੱਲਦੇ ਆ ਮੈਚ ਪੂਰੇ ਉਹਨਾਂ ਨੇ ਬੰਦੇ ਨਹੀਂ ਹੋਏ ਮੈਚ ਉਹਨਾਂ ਦੇ ਤਾਂ ਹੋ ਹੀ ਗਏ ਜੈ 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 ਨਹੀਂ ਨਹੀਂ ਹੁਣ ਫੜੋ ਸਾਈਆਂ ਹੋਈਆਂ ਹੁਣ ਖੇਡੋ ਮੈਚ ਸਾਈਆਂ ਫੜਦੇ ਆ ਮਾਂ ਦਾ ਲੁੱਦਾ ਨਹੀਂ ਕਰੋ ਨਿਕਲਦਾ ਗਾਹਾਂ ਕਲੱਬ ਵਾਲੇ ਕਹਿੰਦੇ ਜੇ ਲੁੱਦਰ ਖੇਡੂ ਫੇਰ ਸਾਈਆਂ ਦੇਣੀਆਂ ਉਹਨਾਂ ਨੂੰ ਕੀ ਕਰੀਏ ਨਹੀਂ ਉਹਨੂੰ ਕੱਢਦਾ ਕੋਈ ਨਹੀਂ ਮੈਂ 13 ਨੂੰ ਕੱਢਦਾ 13 ਨੂੰ ਕੱਢਦਾ ਕੱਢ 13 ਨੂੰ ਇਹ ਸਾਈਆਂ ਮਿਲੀਆਂ ਬੱਪਾ ਸਾਬਾ ਤੇਰਾ ਬੜੀ ਬਿਜਾਉਣੀ ਉਹ ਹੁਣ ਮੈਂ ਤਾਂ ਦੌੜੇ ਹੋਇਆ ਮੈਂ ਦਵਾ ਕਰਦਾ ਦੱਸਾਂ ਕਿਦਾਂ ਕਿਦਾਂ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਨਹੀਂ ਤੂੰ ਆ ਮਾਸਕ ਲਾ ਕੇ ਆਇਆ ਇਹਨੂੰ ਕਰੋਨਾ ਆਇਆ ਨਾ ਪਿੱਛੇ ਨੂੰ ਬਾਈ ਮੇਰੇ ਤੇ ਡਰ ਬੋਲ ਆਦਾ ਘੁੰਮਦਾ ਬਹੁਤ ਆ ਇਹਦਾ ਇਤਵਾਰ ਨਹੀਂ ਕਿਤੇ ਕਰੋਨਾ ਕਰਾਈ ਮਿਲਦਾ ਖੰਗਦਾ ਜੈ ਕੋਈ ਤੂੰ ਆ ਮਾਸਕ ਲਾ ਆਪਣੇ ਫੇਵਰੇਟ ਨਾਲ ਖਰਾਬ ਕਰ ਲਈ ਲਾ ਲਾ ਇਹਨੂੰ ਠੀਕ ਆ ਬਾਈ ਆਹੋ ਠੀਕ ਹੈ ਚਲਾਣ ਹੋ ਜੂ ਬਾਈ ਕਾਰ ਚਲਾ ਰਿਹਾ ਅੱਛਾ ਚਲਾਣ ਕਰਦੇ ਆ ਹਾਂਜੀ ਹਾਂਜੀ ਬਾਈ ਡਰਾਈਵਰ ਨੂੰ ਜ਼ਰੂਰੀ ਆ 1000 ਰੁਪਏ ਚ ਪੈਂਦਾ ਚਲਾਣ ਯਾਰ ਤੁਸੀਂ ਗੱਡੀ 'ਚ ਬੈਠੇ ਆ ਦੋਵੇਂ ਸ਼ੀਸ਼ੇ ਬੰਦ ਆ ਲੋੜ ਨਹੀਂ ਮਾਸਕ ਦੀ ਬਸ ਪੈਂਟ ਵਾਈਫ ਚਾਹੀਦੇ ਆ ਬਾਈ ਇੱਥੇ ਤਾਂ ਮੀਆਂ ਬੀਬੀ ਨੂੰ ਵੀ ਕਹਿੰਦੇ ਮਾਸਕ ਲਾ ਕੇ ਬੈਠੋ ਨਹੀਂ ਚਲਾਣਾ ਪਿੱਛੇ ਦੇ ਵੀਡੀਓ ਨਹੀਂ ਦੇਖੀ ਆਹੋ ਨਹੀਂ ਨਹੀਂ ਸਾਨੂੰ ਇਹ ਲੈ ਜੀ ਇੱਥੇ ਜਦੋਂ ਮੈਂ ਸੀਗਾ ਇੰਡੀਆ ਦਾ ਮੈਂ ਦਰਬਾਰ ਨੂੰ ਅਸੀਂ ਅਨੰਦਪੁਰ ਸਾਹਿਬ ਤੋਂ ਮਾਸਕ ਦੇ ਕੇ ਆਏ ਬਾਬੇ ਦੇ
ਹੱਥਾਂ ਨੂੰ ਰੋਕ ਲਿਆ ਏਦਾਂ, ਮੈਨੂੰ ਕਹਿੰਦਾ ਵੀ ਮੇਰਾ ਲਾਇਸੈਂਸ ਲੈ ਲਿਆ, ਆਰਸੀ ਲੈ ਲਈ, ਮਾਸਕ ਨੀ, ਕਹਿੰਦਾ ਚਲਾਣ ਕੱਟਣਾ। ਮੈਂ ਵੀ ਚਲਾਣ ਕਹਿੰਦਾ ਕੱਟਣਾ, ਕਹਿੰਦਾ ਮਾਸਕ, ਮੈਂ ਕਿਹਾ ਗੱਡੀ ਦੇ ਵਿੱਚ ਬੈਠੇ ਆ, ਸ਼ੀਸ਼ੇ ਬੰਦ ਆ, ਹਨਾ, ਚਲੋ ਮੈਂ ਸੀਗਾ ਸਾਡੇ ਇੱਥੇ ਬਾਹਰ ਏਦਾਂ ਹੈਗਾ, ਆਪਾਂ ਗੱਡੀ ਚ ਬੈਠੇ ਆਪਾਂ ਮਾਸਕ ਲੋੜ ਨੀ, ਪਰ ਇੰਡੀਆ ਉਲਟਾ, ਸਾਡੀ ਕੰਟਰੀ ਦੇ ਰੂਲ ਵੱਖਰੇ ਨੇ ਨਾ। ਆਹੋ ਉਹ ਕਹਿੰਦਾ 2000 ਰੁਪਇਆ, 2000 ਰੁਪਇਆ ਦੋ ਚਲਾਣ ਜਿਹੜਾ। ਮੈਂ ਵੀ ਚਲਾਣ ਦੱਸ ਵੀ, ਮੈਂ ਨਹੀਂ ਪੈਸੇ ਨੀ ਦੇਣੇ, ਹਨਾ, ਚਲਾਣ ਕੱਟ ਦੇ, ਫਿਰ ਕਹਿੰਦਾ ਬੱਸ ਦੇ ਦੋ। ਮੈਂ ਨਹੀਂ ਪੈਸੇ ਨੀ ਦੇਣੇ, ਮੈਂ ਹਾਂ ਮੈਂ ਬੰਦਾ ਨੀ ਸਾਡਾ, ਅਸੀਂ ਗੱਡੀ ਚ ਬੈਠੇ ਆ, ਅੰਦਰ ਸ਼ੀਸ਼ੇ ਬੰਦ ਆ। ਤੈਨੂੰ ਪਤਾ ਇੰਗਲਿਸ਼ ਆਪਾਂ ਬੋਲੀ, ਜਦੋਂ ਬੋਲੀਏ ਫਿਰ ਆਪਾਂ ਨੂੰ ਫਿਰ ਸਮਝ ਘੱਟ ਹੀ ਆਉਂਦੀ ਕਿਸੇ ਨੂੰ। ਪੰਜਾਬੀ ਨੀ ਸਮਝ ਆਉਂਦੀ ਲੋਕਾਂ ਨੂੰ, ਇੰਗਲਿਸ਼ ਕਿੱਥੋਂ ਆਉਣੀ ਆ। ਮੈਚ ਹੁਣ ਚੱਲਦੇ ਆ, ਟੀਮ ਕਿੱਥੇ ਆ, ਉਹਨਾਂ ਨੇ ਮੈਨੂੰ ਬਤਾਇਆ ਕਿ ਪਲੇਅਰ ਤਾਂ ਮੰਜੇ ਦੇ ਪੈ ਸੱਟਾ ਖਾਈ ਜਾਂਦੇ ਨੇ। ਉਹੀ ਮੈਂ ਦੱਸਿਆ, ਮੈਂ ਸੱਟ ਲੱਗ ਗਈ, ਸੱਟ ਕਿੱਥੇ ਲੱਗੀ, ਘਰੇ ਬਿੱਟ ਲੱਗੀ ਸੱਲਾਂ ਦੇ, ਮੈਚ ਖੇਡੇ ਨੀ ਨਾ ਹੁੰਦੇ ਮੈਚ ਕੋਈ, ਤੇ ਮੈਂ ਨੀ ਮਿਹਨਤ ਕਰਨ ਲੱਗ ਗਏ। ਨਹੀਂ ਨਹੀਂ ਯਾਰ ਦੂਜਾ ਕਰੋ ਆਹ, ਹੁਣ ਚਲੋ ਖੁਸ਼ੀ ਦੇ ਵੀ ਓਦਾਂ ਉਹਦੀ, ਮੈਂ ਉਹਨੇ ਕਦੋਂ ਜਾਣਾ ਬੰਬੇ, ਕੱਲ ਨੂੰ ਉਹਨੇ ਬਾਈ ਪਤਾ ਪੁੱਛਣਾ ਹੈ ਤਾਂ ਘੁੰਮਦਾ ਫਿਰਦਾ ਦੀ ਉਮਰ ਕਿਰਤ ਨਾਲ, ਤੇ ਬੰਬੇ ਜਾਣਾ ਉਹਨੇ, ਮੈਨੂੰ ਲੱਗਦਾ ਰੱਬ ਸੁੱਖ ਰੱਖੇ ਠੀਕ ਹੋ ਜੂ ਜਲਦੀ ਆਊ ਗਰਾਊਂਡ ਦੇ ਵਿੱਚ ਉਹ ਵੀ, ਜੇ ਉਹ ਆ ਗਿਆ ਫੇਰ ਤਾਂ ਠੀਕ ਹੋ ਜੂ ਸਾਰਾ ਕੁਝ ਬਾਈ। ਬਾਕੀ ਬਾਈ ਆਪਣੇ ਨਹੀਂ ਚੱਲ ਆ, ਕਲਸ ਜਾਣੀ ਉਹ ਭੀੜ ਦੀ ਯਾਰ, ਤੂੰ ਸੈੱਟ ਹੋ ਜਾਵੇ ਗਾਂ ਸਾਈਆਂ ਖੜੋ, ਚਲੋ ਕਬੱਡੀ ਨਾਲ ਸਾਰੇ ਲੋਕੀ ਵੇਟ ਕਰਦੇ ਆ ਤੁਹਾਨੂੰ ਦੇਖਣਾ ਚਾਹੁੰਦੇ ਆ। ਠੀਕ ਹੈ ਬਾਈ, ਮਾੜਾ ਜਿਹਾ ਹੋਲਡ ਕਰੀ ਮੈਂ 2 ਮਿੰਟ। ਮੈਂ ਸੈੱਟ ਹੋਵੋ ਤਾਂ ਖੇਡੋ ਮੈਚ ਹੁਣ। ਹਾਂਜੀ ਹਾਂ, ਫਿਰ ਬਾਈ ਠੀਕ ਆ ਸਾਰਾ ਕੁਛ, ਮਿਹਨਤ ਮੂਹਨਤ ਕਰਦੇ ਨੇ ਬਾਈ, ਬਸ ਆ ਥੋੜੀ ਜੀ ਪ੍ਰੋਬਲਮ ਜੀ ਆ ਗਈ, ਹੋ ਜਾਣਾ ਠੀਕ ਜਲਦੀ। ਚੱਲ ਕੋਈ ਨੀ, ਵਧੀਆ ਆਹੋ ਸੈੱਟ ਹੋਵੋ। ਹਾਂਜੀ ਤੇ ਹੋਰ ਬਾਈ, ਮਾੜਾ ਮੋਟਾ ਟੀਮ ਆਹੋ ਏਦਾਂ ਵੀ, ਚਲੋ ਤੁਹਾਡੇ ਨਾਲ ਫਿਰ ਨਵੇਂ ਨਵੇਂ ਮੁੰਡਿਆਂ ਨੂੰ ਵੀ ਮੌਕਾ ਮਿਲਣਾ, ਨਵੇਂ ਮੁੰਡੇ ਤੁਹਾਡੇ ਕਰਕੇ ਫਿਰ ਸਾਈ ਮਿਲਣੀ ਆ, ਚਲੋ ਖੇਡਣਗੇ ਉਹਨਾਂ ਨੂੰ ਮੌਕਾ ਮਿਲੂਗਾ, ਠੀਕ ਨੀ ਤਾਂ ਫਿਰ। ਹਾਂ ਇਹ ਤਾਂ ਹੈ ਬਾਈ, ਚੱਲੀ ਜਾਣਾ, ਹੋ ਨਵੇਂ ਮੁੰਡੇ ਵੀ ਆਪਣੀ ਮਿਹਨਤ ਮੁਹਨਤ ਕਰੀ ਜਾਂਦੇ ਨੇ, ਸਾਰੇ ਤਿਆਰ ਨੇ, ਬਸ ਆਏ ਥੋੜੇ ਮੈਚ ਜੇ ਹੋਰ ਬਾਈ ਖੁੱਲ ਜਾਣਗੇ, ਹੋ ਜਾਣਾ ਸਾਰਿਆਂ ਨੇ ਸੈੱਟ, ਵੱਡੇ ਮੱਲਾਂ ਨੂੰ ਘਰੋਂ ਕੱਢ ਬਾਈ ਮਾੜਾ ਜਿਹਾ, ਮਾਂ ਦਾ ਲੁੱਧਾ ਹੋ ਗਿਆ, ਦੁੱਗਾਣਾ ਹੋ ਗਿਆ, ਆਪਣੇ ਦੂਜੇ ਵੱਡੇ ਮੱਲ 2-3 ਬਾਹਰੇ ਬੈਠੇ ਨੇ, ਬੁਰਜ ਵਾਲਾ ਨੂੰ ਵੀ ਸੱਦੋ ਐਤਕੀ, ਕਮਲ ਭਰਾ ਦਾ ਹਾਲ ਚਾਲ ਪੁੱਛ ਲਿਆ ਕਰੋ, ਚਿੱਟਾ ਹੋਇਆ ਰਹਿੰਦਾ ਉਹਦੀ ਪੈਂਦੀ ਪੂਰੀ ਬੋਲੀ ਉੱਥੇ ਪੂਰੀ ਪੂਰੀ, ਉਹ ਕਹਿੰਦਾ ਰੱਬ ਅੱਗੇ ਮੈਂ ਤਾਂ ਅੱਤ ਦੋਹੇ ਜੋੜਦਾ ਰੱਬਾ, ਕਬੱਡੀ ਕਰਾ ਦੇ, ਦਿਹਾੜੀ ਕਰਨੀ ਬੜੀ ਔਖੀ ਆ। ਨਹੀਂ ਹੈ ਵੀ ਕੰਮ ਕਰਨਾ ਬਹੁਤ ਖਰਚੀ ਯਾਰ, ਕਬੱਡੀ ਸੌਖੀ ਨੀ, ਕਬੱਡੀ ਔਖੀ ਆ, ਮਿਹਨਤ ਕਰਨੀ ਪੈਂਦੀ ਆ ਹਨਾ, ਪਰ ਜਿੱਦਾਂ ਕਹਿ ਲਓ ਵੀ ਜਦੋਂ ਬੰਦਾ ਫਿਰ ਉਹ ਮਿਹਨਤ ਕਰੇ ਮੁਕਾਮ ਤੇ ਪਹੁੰਚਦਾ, ਜਿਹਨੇ ਕਬੱਡੀ ਚ ਸੰਡੇ ਕਬੱਡੀ ਖੇਡਣੀ ਆ, ਬਾਕੀ ਦਿਨ ਵਿਹਲੇ ਕੰਮ ਤੇ ਰੋਜ਼ 12 ਘੰਟੇ ਹਨਾ, ਉਹੀ ਚੱਕਰ ਆ ਬਾਈ। ਤੇ ਟੀਮ ਕਿਦਾਂ ਤੇਰਾ ਨੂੰ ਕਲਸੀਆਂ, ਵਧੀਆ ਮੇਲਾ ਹੋ ਰਿਹਾ ਨਾ, ਪਹਿਲਾ ਮੇਲਾ ਸੀ ਜਾਂਦਾ। ਹਾਂ ਬਈ ਸੀਜ਼ਨ ਦਾ ਪਹਿਲੀ ਮੰਨ ਲਓ, ਆਪਣੇ ਤਾਂ ਇਧਰੋਂ ਪਹਿਲੀ ਮੇਲਾ, ਜਿਹੜੀ ਟੀਮ ਖੇਡਣਗੇ ਆਪਣੇ ਕਲਸੀਆਂ, ਤੇ ਵਧੀਆ ਹੋਣਾ ਸਾਰਾ ਕੁਝ, ਪਲੇਅਰ ਵੀ ਵਧੀਆ ਨੇ, ਦੀਸ਼ਾ ਵੀ ਫਿੱਟ ਆ,
ਉਹ ਵੀ ਮਾਰਦਾ ਛਾਲਾ, ਉਹ ਕਹਿੰਦਾ ਮੈਚ ਲੱਭੋ ਕਿਤੇ। ਅੱਛਾ ਆਹੋ ਪਲੇਅ ਵਿਚਾਰੇ ਹੁਣ ਦਾ ਕਹ ਲਓ ਵੀ ਚੱਕੀ ਫਿਰਦੇ ਆ, ਮਿਹਨਤ ਕਰ ਕਰਕੇ ਹੁਣ ਉੱਦਾਂ ਰੱਖ ਗਏ ਆ। ਬਾਈ ਮਿਹਨਤ ਵੀ, ਹਾਂ ਤੈਨੂੰ ਪਤਾ ਹੀ ਆ, ਫੇਰ ਇਹ ਹੁੰਦਾ ਜੇ ਆਪਣਾ ਕੰਪੀਟੀਸ਼ਨ ਲੜੀਏ ਮਾੜਾ ਮੋਟਾ ਤੇ ਪਤਾ ਲੱਗਦਾ। ਕਹਿੰਦੇ ਨੀ ਹੁੰਦੇ ਸ਼ੀਸ਼ੇ ਮੂਹਰੇ ਤੇਲ ਲਾ ਕੇ ਹਰੇਕ ਮਾਂ ਨੂੰ ਕਹਿੰਦਾ ਮਾਂ ਮੇਰੇ ਪੱਟ ਬਹੁਤ ਵੱਡੇ ਵੱਡੇ ਨੇ, ਪਤਾ ਵਿੱਚ ਮਦਾਨੇ ਲੱਗਦਾ ਜਾ ਕੇ ਜਾਂ ਬਗਾਨੇ ਪੁੱਤਾਂ ਨਾਲ ਹੱਥ ਪੈਂਦੇ ਨੇ। ਇਹ ਤਾਂ ਗੱਲ ਸਹੀ ਆ, ਆਹੀ ਚੱਕਰ ਆ ਬਈ। ਤੂੰ ਜਾਣਾ ਕਰਦੀ ਆ ਜਾਊਂਗਾ, ਹਾਂ ਵੀ ਜਾਊਂਗਾ, ਵੈਸੇ ਖੇਡ ਤਾਂ ਹੋਣਾ ਨੀ, ਮੈਂ ਜਾਊਂਗਾ ਪਰ ਆਹੋ ਨਹੀਂ ਜਾਏਗਾ ਟੀਮ ਨਾਲ ਹੁੰਦਾ ਮੜਾ ਯਾਰ ਹੋਰ ਟੀਮ ਨਾਲ। ਚਲੋ ਆਪਣਾ ਰਮਣੇ ਦਾ ਬਹੁਤ ਜ਼ੋਰ ਲੱਗਾ ਹੋਇਆ, ਹਾਂ ਚਲਾ ਲੱਗਾ ਪੂਰਾ, ਅੱਜ ਵੀ ਫੋਨ ਆਇਆ ਸੀ ਉਹਦਾ, ਮੈਨੂੰ ਆੜ ਆ ਆ ਗਿਆ ਫੋਨ ਤੈਨੂੰ। ਆਹੋ ਉਹਦਾ ਵੱਧ ਜ਼ੋਰ ਲੱਗਿਆ ਵਾ। ਮੈਂ ਕਿਹਾ ਜੀ ਟੀਮ ਸਾਹਗੜ ਦੀ ਆ ਕੈਪਟਨ ਆ, ਉਹਨੂੰ ਫਿਰ ਕੋਈ ਨੀਗਾ ਨਾ ਕੋਚ ਨੂੰ, ਉਹ ਵਿਚਾਰਾ ਟੱਚ ਲੈ ਆਉਂਦਾ ਪਤਾ ਕਿਉਂ ਨੀ ਫਿਕਰ ਦਾ ਸਾਨੂੰ ਆਪਣਾ, ਸਾਨੂੰ ਐ ਹੁੰਦਾ ਨਾ ਆਪਣੇ ਮੋਢੇ ਤੇ ਭਾਰ ਚੱਕਣ ਦਾ ਵੱਧ ਸਵਾਦ ਰਹਿੰਦਾ ਸਾਨੂੰ, ਮੋਢੇ ਤੇ ਭਾਰ ਚੱਕਣ ਦੇ ਗੋਡਾ ਨੀ ਹਜੇ ਠੀਕ ਹੋ ਜਾਣਾ ਬਈ ਸੈੱਟ, ਆਹੀ 5-10 ਦਿਨ ਚ ਹੋ ਜਾਣਾ ਇਹਨੇ ਸੈੱਟ, ਇਹਦੀ ਸੱਟ ਨਹੀਂ। ਚੱਲ ਨਹੀਂ ਫੇਰ ਬਾਬੇ ਚਲੋ ਠੀਕ ਕਰਕੇ ਹੋ ਜਾਣਾ ਬਈ ਜਲਦੀ। ਬਾਕੀ ਗਾਂ ਚਲੋ ਬਾਬਾ ਸੁੱਖ ਰੱਖੇ। ਕਰੋਨਾ ਕਿੱਦਾਂ ਇੰਡੀਆ ਚ? ਕਰੋਨਾ ਬਈ ਮੂਹਰੇ ਵੋਟਾਂ ਆ ਰਹੀਆਂ ਨੇ, ਹਟ ਗਿਆ ਹੁਣ ਤਾਂ, ਅੱਛਾ ਜਾਂ ਵੋਟਾਂ ਪੈ ਗਈਆਂ ਫੇਰ ਆ ਜਾਣਾ। ਚਲੋ ਐਰਗੀ ਫੇਰ ਹੋ ਜੂ ਸੀਜ਼ਨ ਕਬੱਡੀ ਦਾ, ਕਬੱਡੀ ਦਾ ਸੀਜ਼ਨ ਵੋਟਾਂ ਵੋਟਾਂ ਕਰਾ ਲਈਏ, ਮੈਂ ਕਹਿੰਦਾ ਵਧੀਆ ਰਹਾਂਗੇ। ਮੈਂ ਉਹਦੀ ਵੋਟਾਂ ਆ ਖਰੀ ਮਾਰ ਚੀ ਆ ਵੋਟਾਂ, ਹਾਂ ਉਹ ਤਾਂ ਹੀ ਮੈਂ ਕਹਿੰਦਾ ਉਦੋਂ ਵਿੱਚ ਵਿੱਚ ਮਕਾ ਲਾਂਗੇ, ਉਦੋਂ ਬਾਅਦ ਫੇਰ ਲੋਕਡਾਊਨ ਲੱਗ ਜਾਣਾ। ਨਹੀਂ ਉਹਦਾ ਹੁਣ ਠੀਕ ਇੱਥੇ ਬਾਹਰ ਖੁੱਲੇ ਆ, ਵੋਟਾਂ ਨੂੰ ਪੁੱਛ ਲਓ ਮਾੜਾ ਜਾ ਕੇ ਵੋਟਾਂ ਕਦੋਂ ਰੱਖਣੀਆਂ ਤੁਹਾਨੂੰ, ਅਸੀਂ ਮੈਚ ਰੱਖਣੇ ਨੇ। ਪਰ ਉਹਦਾ ਜਿਹੜਾ ਔਖਾ ਬਹੁਤ ਗਿਆ ਨਾ, ਜਿੱਦਾਂ ਬਾਹਰ ਵੀ ਹੋਈ ਕਬੱਡੀ 3 ਸਾਲ, ਚਲੋ ਨਵੇਂ ਮੁੰਡਾ ਚਲੋ ਪੁਰਾਣੇ ਜਿਹੜੇ ਹੈਗੇ ਆ ਲੰਮੇ ਟਾਈਮ ਖੇਡਦੇ ਠੀਕ ਆ, ਪਰ ਨਵੇਂ ਮੁੰਡਾ ਬਹੁਤ ਖਾ ਗਿਆ। ਦੋ ਜਾਣੇ ਨੂੰ ਬਹੁਤ ਜ਼ਿਆਦਾ ਫਰਕ ਪੈ ਗਿਆ ਯਾਰ, ਜਿਹੜੇ ਨਵੇਂ ਮੁੰਡੇ ਤੇ ਜਿਨ੍ਹਾਂ ਦਾ ਟਾਈਮ ਤੀ ਹੁਣ ਆਇਆ ਜੀ, ਉਹਨਾਂ ਨੂੰ ਬਹੁਤ ਘਾਟਾ ਪੈ ਗਿਆ, ਤੇ ਜਿਨ੍ਹਾਂ ਦਾ ਟਾਈਮ ਚੱਲ ਰਿਹਾ ਸੀ ਉਹਨਾਂ ਨੂੰ ਵੀ ਘਾਟਾ ਪੈ ਗਿਆ। ਚਲੋ ਹੁਣ ਬਾਈ ਤੁਸੀਂ ਆ ਗਏ, ਤੁਸੀਂ ਆ ਗਏ ਉੱਪਰਲੇ 40 ਸਾਲ ਵਾਲੇ ਚ, ਤੁਹਾਨੂੰ ਕੋਈ ਫਰਕ ਨਹੀਂ। ਅੱਛਾ ਅਜੇ ਆਏ ਪੁੱਤ ਨੂੰ ਚੱਲੇ ਆ ਜਾ ਗਏ, ਤੁਹਾਨੂੰ ਕੋਈ ਨਹੀਂ ਜਾ ਗਏ। ਚਲੋ ਕਬੱਡੀ ਕਬੱਡੀ 2 ਸਾਲ ਹੋਰ ਬੰਦ ਰਹੇ ਜਾਏ, ਨਿਵੇਂ ਦੀ ਕੋਡੀ ਪਾ ਲਈ ਚਲੋ ਕੀ ਨਾ ਜੱਸਾ ਕਹਿੰਦਾ ਗੁੜੇ ਨੇ ਸੱਟਾ ਬੇਟਾ ਠੀਕ ਕਰ ਲਈ, ਇਹਨਾਂ ਦੀ ਕੋਡੀ ਵੱਧ ਗਈ ਕਹਿੰਦਾ ਹੋਰ। ਅੱਛਾ ਇਹ ਹੈ, ਹਾਂ ਬਾਹਰ ਖੇਡਣਾ ਸੀਗਾ ਨਾ, ਦੋ ਸਾਲ ਚ ਬਾਹਰ ਆਉਣਾ ਸੀ, ਆਪਣਾ ਕੁਛ ਵੀ ਕਰਨਾ, ਨਾ ਕਮਾਉਣਾ ਸੀ ਨਾ ਪੈਸੇ ਕਮਾਉਣੇ ਸੀ ਹਨਾ, ਉਹ ਉਹਨਾਂ ਦਾ ਟਾਈਮ ਖਰਾਬ ਹੋ ਗਿਆ। ਕਿਉਂਕਿ ਹੁਣ ਕਈ ਵਿਚਾਰੇ ਕਬੱਡੀ ਖੇਡਦਾ ਕੋਈ ਆ ਸ਼ੌਂਕ ਨਾਲ ਕਬੱਡੀ ਖੇਡਦਾ ਵੱਡੇ ਘਰ ਦਾ, ਨਹੀਂ ਤਾਂ ਜਿਹੜੇ ਆਪਣੇ ਜਿਹੜੇ ਮੀਡੀਅਮ ਹੁੰਦੇ ਉਹੀ ਕਬੱਡੀ ਖੇਡਦੇ ਆ। ਚਾਹ ਬਈ ਕੁਛ ਲੱਗਦਾ ਜੇ ਸ਼ੌਂਕ ਹੀ ਆ ਖੇਡਦਾ, ਸਾਰਿਆਂ ਨੂੰ ਲੋੜ ਤਾਂ ਬਈ ਸਾਰਿਆਂ ਨੂੰ ਆ, ਹਾਂ ਸ਼ੌਂਕ ਦੇ ਸ਼ੌਂਕ ਵੀ ਫੇਰੇ ਪੂਰੇ ਹੁੰਦੇ ਨੇ ਜੇ ਆਪਾਂ ਨੂੰ ਗੇਮ ਤੋਂ 4 ਪੈਸੇ ਬਣਦੇ ਨੇ। ਮੈਂ ਦੱਸਿਆ ਵੀ ਦੂਜਾ ਜੇ ਆਪਾਂ ਖੇਡਾਂਗੇ ਬਾਹਰ ਹੌਸਲਾ ਆਉਂਦਾ ਜਿਹੜਾ ਬੰਦੇ ਨੂੰ ਹੁੰਦਾ, ਮੈਂ ਬਾਹਰ ਜਾਇਆ ਖੇਡ ਧੱਕੇ ਨਾਲ ਕੋਈ ਨੀ ਕਿਸੇ ਨੂੰ ਬਣਾ ਸਕਦਾ, ਨਾ ਆਪਾਂ ਕਰ ਸਕਦੇ ਆ, ਆਖਰ ਤਾਂ ਮਿਹਨਤ ਪੈਣਾ ਬਈ, ਜਿੰਨੀ ਮਿਹਨਤ ਕਰ ਲਾਂਗੇ ਉਨੀ ਥੋੜੀ ਆ, ਉਹੀ ਗੱਲ ਆ ਮਿਹਨਤ ਲਾਣੀ ਹੁੰਦੀ ਸੀ ਗਾਂਹ ਕਬੱਡੀ, ਮਿਹਨਤ ਵਾਲੀ ਕਬੱਡੀ ਆ ਬਈ, ਕੁਛ ਵੀ ਲਾ ਲਓ ਗਾਹਾਂ ਲਾ ਲਓ ਪਿੱਛੇ ਲਾ ਲਓ, ਮਿਹਨਤ ਤਾਂ ਬਈ ਕਰਨੀ ਪੈਣੀ ਆ, ਕੋਈ ਵੀ ਕੰਮ ਲਾ ਲਓ, ਆਪਾਂ ਕੋਈ ਵੀ ਗੇਮ ਲਾ ਲਓ, ਕੋਈ ਕੰਮ ਲਾ ਲਓ, ਚਾਹੇ ਖੇਤੀ ਦਾ ਕੰਮ ਲਾ ਲਓ,
ਮਿਹਨਤ ਮਿਹਨਤ ਕਰਨੀ ਪੈਣੀ ਆ ਬਾਈ, ਕਿਉਂਕਿ ਜਦੋਂ ਆਪਾਂ ਮਿਹਨਤ ਕਰਨੇ ਆ ਬਾਈ ਫਿਰ ਇਹ ਪਰਮਾਤਮਾ ਯਾਦ ਆਉਂਦਾ, ਫਿਰ ਇਹ ਪਰਮਾਤਮਾ ਬਾਹ ਫੜਦਾ। ਜਿਹਨਾਂ ਮਿਹਨਤ ਕੀਤੀ ਆ ਉਹ ਖੇਡਦੇ ਲੰਮਾ ਟਾਈਮ, ਜਿਹਨਾਂ ਮਿਹਨਤ ਕੀਤੀ ਉਹ ਪਿੱਛੇ ਯਾਰਾ 7-8 ਸਾਲ ਪਲੇਅਰ ਉੱਠਦੇ ਆ, 1-2 ਸਾਲ ਖੇਡੇ ਆ, ਬਾਅਦ ਚ ਫਿਰ ਉੱਥੇ ਨਾ ਜਿੱਦਾਂ ਕਹੋ ਵੀ ਉਹ ਹਾਂ ਕੁਛ ਵੀ ਮਿਹਨਤ ਨੀ ਕਰਦੇ, ਥੋੜਾ ਜਿਹਾ ਗਲਤ ਬੰਦੇ ਹੱਥ ਚ ਖੜ ਜਾਂਦੇ ਆ। ਹਾਂ ਬਾਈ ਕੁਛ ਵੀ ਸਮਝ ਸਕਦੇ ਆਪਾਂ। ਅੱਛਾ ਬਾਈ ਇਹ ਪੁੱਛਦਾ ਥੱਲੇ ਸੁਣਾ ਬਹੁਤ ਮੈਸੇਜ ਕਮੈਂਟ ਆ ਲੋਕੀ, ਇੱਕ ਬਾਈ ਪੁੱਛਦਾ ਸੰਦੀਪ ਬਾਈ ਤੇਰੀ ਉਮਰ ਜ਼ਿਆਦਾ ਕਿ ਮੰਗੀ ਦੀ ਉਮਰ ਜ਼ਿਆਦਾ? ਦੋਵੇਂ ਬੁੱਢੇ ਨੇ ਬਾਈ, ਮੈਂ ਦੱਸ ਦਿੰਦਾ ਇੱਕ 42 ਦਾ ਇੱਕ 40 ਦਾ, ਦੋ ਸਾਲ ਦਾ ਭਰਾ ਆ ਗਿਆ, ਭਰਾ ਆ ਗਿਆ ਸਿੱਧੂ ਪ੍ਰਣਾਮ। ਹਾਂ ਸਿੱਧੂ ਕਿਵੇਂ ਆ ਪ੍ਰਣਾਮ? ਕਹਿੰਦਾ ਸੁਲਤਾਨ ਦੀ ਮਿਹਨਤ ਬਹੁਤ ਜ਼ਿਆਦਾ, ਇਹਨੂੰ ਮੇਰਾ ਮਿਹਨਤ ਕਰਕੇ ਦੇਖ ਲਵੇ, ਠੀਕ ਆ ਜਦੋਂ ਮਰਜ਼ੀ ਘੁਲ ਕੇ ਦੇਖ ਲਵੇ ਬਾਈ ਘੁਲ ਕੇ, ਮੰਨਾ ਸਿੱਧੂ ਮਹਾਰਾਜਾ ਆਪਣਾ ਵੀ ਤੈਨੂੰ ਹਰਾਤਾ ਤਾਂ ਵੀ ਅਲੱਗ ਆ, ਬੁੱਢੇ ਬੰਦੇ ਨੂੰ ਹਰਾਤਾ ਮੰਨੇ ਕਿੱਦਾਂ ਕੀ ਹਾਲ ਆ? ਅੱਛਾ ਬਾਈ ਮੰਗੀ ਮੰਗੀ ਮੈਨੂੰ ਛੋਟਾ ਬਾਈ ਮੰਗੀ ਛੋਟਾ ਮੈਨੂੰ 8-9 ਮਹੀਨੇ 10 ਮਹੀਨੇ 7 ਇੰਨਾ ਕਾ ਇੰਨਾ ਛੋਟਾ ਬਾਈ ਮੈਨੂੰ। ਇੱਕ ਵਾਲਾ ਕਮੈਂਟ ਆਇਆ ਕਹਿੰਦਾ ਸੰਦੀਪ ਬਾਈ ਤਾਂ ਅਜੇ ਵੀ 25 ਦਾ ਲੱਗਦਾ। ਹਾਂ ਉਹ ਬਸ ਕਰ ਬਾਈ, ਇਹਦਾ ਪਹਿਲਾ ਮਾਨ ਨਹੀਂ ਹੈਗੇ 25 ਦਾ ਲੱਗਦਾ ਜੀ। ਨੰਗਲਾ ਸੰਦੀਪ ਲਾ ਲਾ, ਹੋਰ 2-4 ਪਲੇਅਰ ਲਾ ਲਾ ਬਾਈ, ਇਹ ਮਸਾਂ 26 ਟਪਾਏ ਨੇ, ਤੂੰ 25 ਦੇ ਲੈ ਸਾਲ ਘਟਾਤਾ ਫਿਰ 3 ਸਾਲਾਂ ਬਾਅਦ 1 ਸਾਲ ਵੱਧ ਕਰ ਜੱਸਾ ਕਹਿੰਦਾ ਨਾ 3 ਸਾਲਾਂ ਬਾਅਦ 1 ਸਾਲ ਵੱਧਦਾ ਨਹੀਂ ਇਹ ਜਾਂਦਾ ਬਾਈ। ਵਰਲਡ ਕੱਪ ਨਹੀਂ ਹੋ ਕੇ ਹਟਿਆ, ਮੱਖੀ ਨੂੰ ਕਮੈਂਟਰ ਨੇ ਪੁੱਛ ਲਿਆ ਪਤਾ ਨਹੀਂ ਕਿਹੜਾ ਕਮੈਂਟਰ ਦੀ ਉਹਦੇ ਏਰੀਏ ਦੀ, ਕਹਿੰਦਾ ਉਮਰ ਕਿੰਨੇ ਸਾਲ ਦੀ ਆ? ਮੱਖੀ ਕਹਿੰਦਾ ਉਰੇ ਆ ਗੱਲ ਦੱਸਾਂ ਤੈਨੂੰ, ਕਹਿੰਦਾ ਕਹਿੰਦਾ ਅੱਜ ਤੋਂ ਬਾਅਦ ਕਿਸੇ ਦੀ ਉਮਰ ਨਹੀਂ ਪੁੱਛਣੀ, ਪਲੇਅਰ ਦੀ ਉਮਰ ਹੁੰਦੀ ਆ 25-26-27 ਆ, ਤਿੰਨਾਂ ਤੋਂ ਜੋ ਮਰਜ਼ੀ ਬੋਲਦੇ ਕਹਿੰਦਾ ਪਲੇਅਰ ਦੀ ਉਮਰ ਨੀ ਪੁੱਛਣੀ, ਕਹਿੰਦਾ ਤਿੰਨਾਂ ਜਿਹੜੀ ਮਰਜ਼ੀ ਬੋਲਦਾ ਕਰ। ਨਹੀਂ ਸਹੀ ਗੱਲ ਆ, ਸਹੀ ਆ ਬਾਈ, ਉਮਰ ਲੱਗਦੀ ਨੀ ਹੈਗੀ ਜਮੀ। ਹਾਂ ਅਗਲੇ ਸਾਲ ਤੈਨੂੰ 21 ਸਾਲੇ ਦੇ ਖੜਾਉਣਾ ਸ਼ਾਹਕੋਟ ਚ। ਆਪਣਾ ਆ ਗਿਆ ਕੈਲੀ ਵਾਲਾ ਜੱਟ, ਇਹ ਆਪਣਾ ਬੱਲ ਭਰਾ ਨੀ ਗਾ ਕੈਲੀ ਵਾਲਾ ਜੱਟ ਬੱਲਾ ਆਪਣਾ, ਮੈਨੂੰ ਸ਼ੋ ਨਹੀਂ ਹੋਏ ਮੈਸੇਜ ਕੈਲੀ ਵਾਲਾ ਜੱਟ, ਇਹ ਆਪਣਾ ਬੱਲ ਭਰਾ ਵੀ ਘਰ ਆ ਕਹਿੰਦਾ ਕਦੋਂ ਆਉਣਾ ਇੰਡੀਆ ਦੇ, ਉਹ ਹੋ ਗਈ ਯਾਰ ਮੇਰਾ ਵੀ ਕਹਿੰਦਾ ਸੰਦੀਪ ਤੂੰ ਕਹਿੰਦੇ ਮੁੰਡਾ ਖੁੰਡਾ ਆ। ਅਮਰੀਕਾ ਨੂੰ ਤੋਂ ਇੰਡੀਆ ਆ ਗਿਆ ਸਿਟੀਜ਼ਨ ਲੈ ਕੇ ਜੇ ਤੈਨੂੰ ਨਹੀਂ ਇੰਨਾ ਉਹ ਲੱਗਦਾ ਸਾਨੂੰ ਦੇ ਦੇ ਵੀ ਯਾਰ ਅਸੀਂ ਰਹਿ ਲੈਂਦੇ ਉੱਥੇ ਬਸ ਜਦੋਂ ਆਪਣਾ ਪਾਸਪੋਰਟ ਦੇ ਦੋ ਲਾਣ ਨੂੰ ਹਣਾ ਹੋਰ ਕਿ ਨਹੀਂ ਬਾਈ, ਜਿਹੜਾ ਤੇਲਾ ਪਾਸਪੋਰਟ ਆ ਉਹਦੇ ਮੈਂ ਕਹਿੰਦਾ ਵੱਧ ਨਹੀਂ ਜਾ ਰਹੇ ਹਨ ਪਾਸਪੋਰਟ ਦੇ, ਬਾਰੇ ਇੰਗਲੈਂਡ ਆ ਕੰਟਰੀ ਆ ਸਾਰੇ ਵਰਲਡ ਦਾ ਰਾਜ ਕੀਤਾ ਹੋਰ ਕਿ ਨਹੀਂ ਬਾਈ, ਟਿਕਟ ਜੀ ਲੈ ਜਾਂਦਾ ਚੜ ਜਾਣਾ ਇੱਧਰ ਪਹਿਲਾਂ ਮੱਥਾ ਵੈਸੀਆਂ ਨਾਲ ਮਾਰਨਾ ਪੈਂਦਾ ਫਿਰ ਪੈਂਦਾ ਉਹਨੂੰ ਸੇਮ ਰੈਸਲਿੰਗ ਕਬੱਡੀ ਪਰ ਤੁਸੀਂ ਮੱਥਾ ਕੁਛ ਨੀ ਮਾਰਿਆ ਤੁਹਾਨੂੰ ਯਾਰ, ਹੁਣ ਹੁਣ ਕਬੱਡੀ ਆ ਨਾ ਘਰੇ ਬੈਠੇ ਵਿਜੇ ਮਿਲਦੇ ਆ ਪਤਾ, ਆ ਫਰਕ ਤਾਂ ਹੈਗਾ ਬਈ ਪਹਿਲਾਂ ਨਾਲੋਂ ਤਾਂ, ਮੱਥਾ ਮੈਂ ਮਾਰਿਆ ਮੱਥਾ ਹੀ ਮਾਰਿਆ ਨਾ ਹਾਂ ਬਈ, ਜਿਹੜੇ ਦਿੱਲੀ ਜਾਂਦਾ ਬਈ ਮੈਂ ਬਾਪੂ ਵੀ ਦੇਖਿਆ ਦਿੱਲੀ ਜਾਂਦਾ, ਜਦ ਅੱਗੇ ਬਾਪੂ ਇੰਗਲੈਂਡ ਗਿਆ ਨਾ ਕਈ ਵਾਰ ਦਿੱਲੀ ਜਾਂਦਾ, ਦਿੱਲੀ ਇੰਟਰਵਿਊ ਹੁੰਦੀ ਤੇ ਫਿਰ ਵੀ ਜੇ ਲੱਗਦੇ ਤੇ ਜਿਹੜਾ ਮੈਂ 2002 ਦੇ ਗੇੜੇ ਮਾਰੇ, 2003 ਤੇ ਬਹੁਤ ਗੇੜੇ ਮਾਰੇ ਨਾ ਹੈ ਬਈ, 2002 ਦੇ ਗੇੜੇ ਮਾਰੇ 7-8, 2003 ਦੇ ਗੇੜੇ ਮਾਰੇ 10 ਗੇੜੇ ਵਿਜਨ ਲਗਾ ਦੋਸਤਾਂ ਮੇਰਾ, ਤੇ 2004 ਚ ਮੈਂ 11-12 ਗੇੜੇ ਮਾਰੇ ਹਨਾ, ਇੰਗਲੈਂਡ ਵੀ ਸੀਗੇ ਪੇਪਰ ਉਦੋਂ ਸੀਗੇ ਅਸੀਂ ਕੈਨੇਡਾ ਤੋਂ, ਇੰਗਲੈਂਡ ਵਾਲੇ ਕਹਿੰਦਾ ਵੀ ਚੱਲ ਜਾਓ ਹਨਾ ਦਿੱਲੀ ਚੱਲ ਕੱਲ੍ਹ ਪੇਸ਼ ਹੋਣਾ ਉੱਥੇ ਜਾਣਾ, ਉੱਥੇ ਬਸ ਖੱਜਲ ਖੁਆਰੀ ਘਰੇ ਆ ਜਾਣਾ, ਰਾਤ ਨੂੰ ਸੁੱਤੇ ਹੋਣਾ 10 ਵਜੇ ਫਿਰ ਡਾਂਟ ਵਾਲਾ ਫੋਨ ਆ ਜਾਣਾ, ਅਜੀਬ ਗੱਲ ਹੋ ਗਈ ਫਿਰ ਮੈਸੇਜ ਹੁਣੇ ਤੁਰਪੋ ਹਨਾ ਸਵੇਰ ਨੂੰ ਪੇਸ਼ ਹੋਣਾ, ਚਲੋ ਜੀ ਉੱਥੇ ਸੁੱਤੇ ਉੱਠਣਾ ਸਾਈਕਲ ਸ਼ਹਿਰੋਂ ਬੱਸੇ ਬਹਿਣਾ ਚੱਲ ਦਿੱਲੀ ਹਨਾ, ਸਵੇਰ ਨੂੰ ਉੱਥੇ ਜਾਣਾ ਉੱਥੇ ਫੇਰ ਕੁਛ ਮੂਹਰੇ ਕੁਛ ਨੀ, ਫਿਰ ਇੰਗਲੈਂਡ ਵਾਲੇ ਫੋਨ ਕਰ ਦੇਣਾ ਵੀ ਗੱਲ ਹੋ ਗਈ ਆਪਣੀ ਉੱਥੇ ਵੀ ਤੁਸੀਂ ਪਾਸਪੋਰਟ ਜਮਾ ਕਰਾਉਣੇ ਆ, ਉੱਥੇ ਬੋਲੇ ਕੁਛ ਨੀ ਬਾਬਾ ਬਾਈ ਕੋਈ ਚੱਕਰ ਨੀ ਤੂੰ ਕਰ ਲੈ ਗੱਲ,
ਪੈਣ ਪਏ ਸੀ ਨਾਲ ਅਜੇ 10 12 ਦਿੱਲੀ ਦੇ ਚੱਕਰ ਮਾਰੇ ਹੋਏ ਸੀ ਮਾਰੇ ਹੋਣੇ ਅਜੇ ਲਾਸ ਪਾਸਪੋਰਟ ਇਹ ਦਹਾਂ ਬੜਾ ਨਹੀਂ ਦਹਾਂ ਬੜਾ ਨਹੀਂ ਮਿਲਦਾ ਬੜਾ ਪਾਸਪੋਰਟ ਜਿਸਾ ਕਹਿੰਦਾ ਡਿਟਾਊਨ ਕਰ ਲਾਂਗੇ ਜੇ ਤਾਂ ਨੱਕ ਰਗੜ ਦੀ ਜਾਂ ਲਾਂ ਪਈ ਜੇ ਦੱਸਾ ਦੱਸਾ ਦਿੱਲੀ ਚੱਲ ਜੂ ਤੁਰ ਕੇ ਚੱਲ ਜੂਗਾ ਬੈਠਣ ਵਾਲ ਚੱਲ ਜੂਗਾ ਤੂੰ 12 ਵਾਰ ਗਿਆ ਸੀ 24 ਵਾਰ ਵਗਦਾ ਕਿ ਬਈ ਪੁੱਛ ਲਓ ਉਹਨਾਂ ਨੂੰ ਇਹ ਤਾਂ ਸਹੀ ਹਾਲਾ ਹੁਣ ਤਾਂ ਘਰੇ ਬੈਠੇ ਵੀਜ਼ੇ ਮਿਲਦੇ ਯਾਰ ਵੱਡੇ ਬਹੁਤ ਸੌਖਾ ਹੋ ਗਿਆ ਪਾਸਪੋਰਟ ਤੇ ਲਾਲ ਰੰਗ ਕਰ ਦੇਣਾ ਅੱਗੇ ਲਾਲ ਕਰ ਦੇਣਾ ਪਾਸਪੋਰਟ ਆ ਹਸਪੀਟਲ ਦੀ ਛੁੱਟੀ ਚਲੋ ਬਾਕੀ ਜਿਹਦਾ ਜਿੱਥੇ ਤੁਸੀਂ ਦਾਣਾ ਪਾਣੀ ਕੋਈ ਨੀ ਜਿਹਦਾ ਤੁਸੀਂ ਕਿਤੇ ਹੋਰ ਤੁਹਾਡਾ ਹੋਵੇ ਦਾਣਾ ਪਾਣੀ ਇਹ ਤਾਂ ਹੈ ਬਾਈ ਜਿਹਦਾ ਜਿੱਥੇ ਲਿਖਿਆ ਦਾਣਾ ਪਾਣੀ ਚੁਗ ਲਾਉਣਾ ਫਿਰ ਵੀ ਬਹੁਤ ਵਧੀਆ ਬਾਬੇ ਨਾਨਕੇ ਨੇ ਕਿਸਮਤ ਦਿੱਤੀ ਆ ਨਜ਼ਾਰੇ ਲੈਣੇ ਆ ਲੁੱਧਰ ਬਹੁਤ ਮਿਸ ਕਰਦਾ ਵੈਨਕੂਵਰ ਕੈਨੇਡਾ ਤੇ ਅਮਰੀਕਾ ਉਹ ਬਾਈ ਉਹਨੂੰ ਤਾਂ ਖਾਣਾ ਨੀ ਮਿਲ ਰਿਹਾ ਪੂਰਾ ਖਾਣਾ ਹਾਂ ਕਹਿੰਦਾ ਸੀ ਬਾਈ ਖੁਰਾਕ ਨੀ ਮਿਲ ਰਹੀ ਅਜੇ ਸਰੀਰ ਨੂੰ ਹਾਂ ਹੁਣ ਵੀ ਆਹੋ ਕਹਿੰਦਾ ਹੁਣੇ ਮੈਚ ਉੱਥੇ ਚਲੋ ਬਾਬਾ ਕਰਮਾ ਕਰ ਕਬੱਡੀ ਖੁੱਲੇ ਹੋ ਗਏ ਨਾ ਖੁੱਲ ਜਾਣੀ ਬਾਈ ਕਬੱਡੀ ਅਰਦਾਸਾਂ ਬਹੁਤ ਚੱਲਦੀਆਂ ਨੇ ਲੋਕਾਂ ਦੇ ਦੇਖਣ ਵਾਲੇ ਵੀਰਾਂ ਦੇ ਬਹੁਤ ਅਰਦਾਸਾਂ ਚੱਲ ਰਹੀਆਂ ਨੇ ਕਬੱਡੀ ਖੁੱਲੇ ਹਾਂ ਮੈਂ ਸਾਡੇ ਇੰਗਲੈਂਡ ਵੀ ਸ਼ਾਇਦ ਚਲੋ ਐਤਕੀ ਨਹੀਂ ਗਾਂ ਕਬੱਡੀ ਹੋ ਜਾਣੀ ਇੱਥੇ ਹੁਣ ਇੰਗਲੈਂਡ ਕਮੇਟੀ ਹਾਂ ਨਵੀਂ ਬਣਨੀ ਅਜੇ ਇਕੱਠੇ ਹੋ ਗਏ ਹੁਣ ਚਲੋ ਬਾਬਾ ਸੁੱਖ ਰੱਖੇ ਤੁਹਾਨੂੰ ਪਤਾ ਇੱਥੇ ਨੁਕਸਾਨ ਪਲੇਅਰ ਹੁੰਦਾ ਜਾਣ ਤੇ ਯਾਰ ਕਬੱਡੀ ਦਾ ਹਨਾ ਇਹ ਤਾਂ ਹੈ ਬਈ ਸਿਆਸਤ ਵਾਲੀ ਲਾ ਲਾ ਨੁਕਸਾਨ ਤਾਂ ਪਲੇਅਰ ਦਾ ਹੀ ਹੋਣਾ ਹਾਂ ਨਹੀਂ ਹੁਣ ਇੱਥੇ ਲੋਕੀ ਨਾ ਵੀ ਜਿੱਦਾਂ ਬੜੀ ਵੇੜ ਕਰਦੇ ਆ ਕਬੱਡੀ 'ਚ ਹੁਣ ਬਾਬਾ ਸੁੱਖ ਤੇ ਗਾਂ ਗੁਰਸਾ ਕਬੱਡੀ ਹੋ ਜੂਗੀ ਇੰਗਲੈਂਡ ਵੀ ਨਵੇਂ ਮੁੰਡੇ ਬਹੁਤ ਜਿਹੜਾ ਨਵਾਂ ਮੁੰਡਾ ਇੱਥੇ ਆਉਂਦਾ ਪਹਿਲਾਂ ਉੱਥੇ ਉਹਦੀ ਚਾਂਸ ਬਹੁਤ ਹੁੰਦਾ ਬਾਈ ਫਿਰ ਪਤਾ ਕੀ ਚੱਕਰ ਦੀ ਘੱਟੋ ਘੱਟ ਮੈਂ ਕਹਿੰਦਾ ਇੰਗਲੈਂਡ ਮੈਨੂੰ ਬਹੁਤਾ ਤਾਂ ਪਤਾ ਨੀ ਪਰ 100 ਪਲੇਅਰ ਜਾਂਦਾ ਸੀ ਇੰਗਲੈਂਡ ਹਨਾ 100-120 ਪੱਕਾ ਹਾਂ ਉਹ ਚੋਂ ਇੱਥੇ ਇੱਦਾਂ ਇੱਥੇ ਟੀਮਾਂ ਬਹੁਤ ਜ਼ਿਆਦਾ ਹੁੰਦੀਆਂ ਹੁਣ ਕੈਨੇਡਾ ਜਾਂਦੀ ਕਰੀਮ ਹਾਂ 100 ਪਲੇਅਰ ਕੈਨੇਡਾ ਵਗ ਜਾਂਦੇ ਸੀ ਹਾਂ ਉਹਦਾ ਬਾਈ ਉਹ ਫਰਕ ਕਿੰਨੇ ਪਲੇਅਰ ਚਲੇ ਨੇ ਇੱਥੇ ਇੱਦਾਂ ਇੱਥੇ ਦੇਖ ਲਾ ਇੰਗਲੈਂਡ ਜਿਹੜਾ ਨਵਾਂ ਮੁੰਡਾ ਖੇਡਦਾ ਇੱਥੇ ਆਉਂਦਾ ਸੀ ਪਹਿਲਾਂ ਇੱਥੇ ਉਹਨੂੰ ਜਿੱਦਾਂ ਕਹੋ ਵੀ ਟੀਮਾਂ ਨਾ ਇੱਥੇ ਹੁੰਦੀਆਂ ਬੈਲੈਂਸ ਟੀਮਾਂ ਦੋ ਚਾਰ ਟੀਮਾਂ ਤਗੜੀਆਂ ਬਣਦੀਆਂ ਹੁੰਦੀਆਂ ਸੀਗੀਆਂ ਨਵੇਂ ਮੁੰਡੇ ਨੂੰ ਮੌਕਾ ਆਪਣੀਆਂ ਪਰਫੋਰਮੈਂਸਾਂ ਦਾ ਮੌਕਾ ਬਹੁਤ ਜ਼ਿਆਦਾ ਮਿਲ ਜਾਂਦੇ ਇੱਥੋਂ ਜਦੋਂ ਹਾਈਲਾਈਟ ਹੋ ਜਾਂਦਾ ਮੁੰਡਾ ਹਾਂ ਬਈ ਫਰਕ ਤਾਂ ਪੈਂਦਾ ਉਹੀ ਗੱਲ ਹੋ ਗਈ ਆਪਣੀ ਪਹਿਲਾਂ ਜਿਹੜੀ ਆਪਾਂ ਕਰਦੇ ਤੇ ਬਾਹਰ ਜਾਣ ਨਾਲ ਬਹੁਤ ਫਰਕ ਪੈਂਦਾ ਹਾਂ ਇੰਗਲੈਂਡ ਦੀ ਕਬੱਡੀ ਬੰਦ ਹੋਣਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਨਵੇਂ ਮੁੰਡੇ ਦਾ ਬਹੁਤ ਜ਼ਿਆਦਾ ਚਲੋ ਪਰਮਾਤਮਾ ਕਿਰਪਾ ਰੱਖੇ ਹੁਣ ਖੁੱਲ ਜੇ ਆਉਣੇ ਚਲੋ ਹੁਣ ਵੀ ਚਲੋ ਬਾਬਾ ਸੁਖ ਰੱਖੇ ਨਹੀਂ ਹੁਣ ਅੱਜ ਕਿਤੇ ਮੈਂ ਰੱਖੀ ਮੀਟਿੰਗ ਉਹਨਾਂ ਕਰਕੇ ਤਾਂ ਨਵੀਂ ਕਮੇਟੀ ਬਣ ਗਏ ਹਾਂ ਤਾਂ ਫੇ ਇਕੱਠੇ ਹੋਣਗੇ ਮੈਚ ਹੁਣ ਆਇਆ ਡਾਕਟਰ ਤੇ ਹਾਂ ਬਈ ਮੈਂ ਡਾਕਟਰ ਤੇ ਦਿਖਾ ਲਾਂ ਗੋਡਾ ਠੀਕ ਹੈ ਫਿਰ ਚੱਲ ਠੀਕ ਕਰ ਵੇ ਠੀਕ ਹੈ ਬਈ ਕਾਲ ਮੇਰੇ ਸਾਰੇ ਤੇ ਸਰ ਚੱਲ ਤੂੰ ਕੱਢ ਦੇ ਮੈਂ ਫੇ ਕਰਕੇ ਦੋ ਗੱਲ ਬਾਤਾਂ ਕਰਾਂਗੇ ਫਿਰ ਓਕੇ ਬਾਈ ਸਤਿ ਸ਼੍ਰੀ ਅਕਾਲ ਆਪਣਾ ਦੂਜਾ ਮੰਗਾ ਸਤਾਰ ਆ ਗਿਆ ਮੰਗਾ ਮਠਾ ਬੜੀਆ ਵਾ ਸਤਿ ਸ਼੍ਰੀ ਅਕਾਲ ਮੰਗੇ ਬਾਈ ਹੋਰ ਵਧੀਆ ਬਾਈ ਠੀਕ ਠਾਕ ਆ ਲੈ ਉਹ ਹੱਥ ਮੰਗਾ ਵਾ ਲੁਕੀ ਜੰਗ ਸੰਦੀਪ ਬ੍ਰੋ ਮੰਗਾ ਸਤਾਰ ਨਾ ਜੰਗ ਠੀਕ ਆ ਪੱਕੀ ਗੱਲ ਸੁਣ ਬਾਈ ਬਾਈ ਨੇ ਵੀ ਕਹਿਣਾ ਬਾਈ ਵੀ ਤੁਹਾਡੇ ਲਈ ਲੈਣ ਚ ਆ ਗਿਆ ਨਾ ਮੰਗਾ ਬਾਈ ਉਹ ਵੀ ਜੰਗ ਹੀ ਆ ਆ ਮੈਂ ਬਾਈ ਤੁਹਾਡੇ ਲਈ ਲੈਣ ਚ ਮੈਂ ਕਹਿੰਦਾ ਉਹ ਵੀ ਆਉਣਾ ਨੀ ਉਹਦਾ ਗੱਲ ਆ ਵੀ ਮੰਗੇ ਦਾ ਨਾ ਵੀ ਚਲੋ ਮੇਰੇ ਦੇ ਟਾਈਮ ਮੈਸਲ ਲੱਗਾ ਉਦੋਂ ਜਾਂ ਮੈਨੂੰ ਪਹਿਲਾਂ ਸੀਨੀਅਰ ਮੈਨੂੰ ਜਦੋਂ 4-5 ਸਾਲ ਹੋਵੇ ਹਨਾ ਪਰ ਉਹ ਬੰਦੇ ਉਹ ਵੀ ਯਾਰ ਜਿੱਦਾਂ ਐਡੀ ਬੋਡੀ ਵੱਡੀ ਲੈ ਗਏ ਨਾ ਇੰਨਾ ਟਾਈਮ ਫਿੱਟ ਉਹ ਬੰਦੇ ਫਿੱਟ ਨਹੀਂ ਦੇਖਦਾ ਤੂੰ ਅੱਜ ਵੀ ਉਦਾਂ ਹੀ ਆ ਬਾਈ ਮਿਹਨਤ ਆ ਨਾ ਬਾਈ ਪੁਰਾਣੀ ਮਿਹਨਤ ਪੱਕੀ ਆ ਪੁਰਾਣੇ ਪਲੇਅਰ ਬਾਈ ਤੁਹਾਡੇ ਜਿਹੜੇ ਬੈਚ ਦੇ ਪਲੇਅਰ ਨੇ ਸਾਰੇ ਫਿੱਟ ਨੇ ਜਿੰਨੇ ਆਪਾਂ ਲਾ ਲਈਏ ਚੱਕਰ ਚੀਜ਼ ਆ ਜਿੱਦਾਂ ਨਾ ਚਾਹੇ ਮੈਂ ਵੀ ਆ ਨਾ ਮੈਂ ਵੀ ਆ
ਪਰ ਉਹ ਮੰਗੇ ਸਰਤਾਜ ਦੀ ਆ ਵੀ ਬੋਡੀ ਵੱਡੀ ਆ ਨਾ, ਹਾਂ ਵੱਡੀ ਆ ਉਹਨੂੰ ਇੰਨੇ ਟਾਈਮ ਹੋ ਜਾਂਦਾ ਵੀ 2002-3 ਚ ਮੈਂ 2002 ਟੰਡੋਵਾਲ ਲਗਾ, ਸਾਡਾ ਮੈਚ ਲੱਗਾ ਸੀਗਾ, ਮੈਂ ਨਵਾਂ ਨਵਾਂ ਸੀਗਾ, ਮੰਗੇ ਦਾ ਪੂਰਾ ਨਾਂ ਸੀਗਾ, ਪੂਰਾ ਨਾਂ ਸੀ, ਤੇ ਉੱਥੇ ਸਾਡਾ ਲੱਗਾ ਸੀ ਮੈਚ ਮੰਗੇ ਨਾ, ਅੱਛਾ ਬਈ ਉੱਥੇ ਮੈਂ ਲਾਇਆ ਸੀ ਜਫਰ ਲਾ ਕੇ, ਜਿੱਦਾਂ ਮੇਰਾ ਇੱਡਾ ਵੱਡਾ ਨਾਂ ਸੀਗਾ ਵੀ ਮੰਗੇ ਸਰਤਾਜ ਨੂੰ ਜਫਰ ਲਾ ਕੇ ਮੇਰਾ ਨਾਂ ਹੋ ਗਿਆ ਸੀ। ਜੇ ਆਪਾਂ ਵਧੀਆ ਪਲੇਅਰ ਨੂੰ ਵੱਡੇ ਨੂੰ ਜੇ ਉਹਦਾ ਨਾਂ ਸੀਗਾ ਹੈ ਨਾ ਆਪਣਾ ਨਾਂ ਹੋਇਆ, ਪਰ ਅਗਲਾ ਉਹ 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 ਟਾਈਮ ਤੇ ਕਹਿੰਦਾ ਅੱਜ ਕਰ ਲਾ, ਉਦੇ ਬੋਡੀ ਉਹਦੀ ਬੰਦੇ ਦੀ ਹਾਂ ਬਈ ਓਡੀਆ ਮੂਵਮੈਂਟ ਹੁਣ ਆ। ਕੱਪ ਜਾਏ ਨੇ ਆਪਣੇ ਕੌਡੀਆਂ ਪੂਰੀਆਂ ਬਾਈ ਨੇ ਠੋਕੇ ਪਾਈਆਂ ਨੇ ਦੂਜੀ ਗੱਲ ਇਹ ਵੀ ਆ ਹੈ ਨਾ, ਜਿਹੜੇ ਲੋਕੀ ਕਹਿੰਦੇ ਹਾਂ ਕੋਈ ਚੰਗਾ ਬੜਾ ਜਿੱਦਾਂ, ਪਰ ਉਹ ਬੰਦੇ ਇੱਦਾਂ ਹੁੰਦੇ ਵੀ ਜੇ ਕੋਈ ਗਲਤ ਬੰਦਾ ਚੀਜ਼ ਕਰਦਾ ਉਹ ਬੰਦਾ ਲੰਮਾ ਟਾਈਮ ਚੱਲਦਾ ਹੈ ਨਾ। ਹਾਂ ਉਹ ਅੱਜ ਵੀ ਬੰਦਾ ਮਿਹਨਤ ਪੱਕਾ, ਅੱਜ ਵੀ ਪੂਰਾ ਫਿੱਟ ਆ। ਹਾਂ ਬਾਈ ਮੈਂ ਦੇਖੇ ਨੇ ਵੀਡੀਓ ਕਈ ਵਾਰ ਇੰਸਟਾਗ੍ਰਾਮ ਤੇ ਪਾਉਂਦੇ ਹੁੰਦੇ ਨੇ ਬਾਈ, ਹਾਂ ਸਾਰੀਆਂ ਉਹ ਵੇਟ ਲਿਫਟ ਵਾਲੀਆਂ ਸਾਰੀਆਂ ਪੂਰੀਆਂ ਹੁੰਦੇ ਜੀ। ਮੈਂ ਸਾਹਿਬ ਆਪਾਂ ਸਭ ਮੈਂ ਆਪਾਂ ਲੈ ਜੀ ਹੋਈਦਾ ਸਾਡੇ ਜਾਂ ਕੱਲੂ ਕਰ ਲੈਂਦੇ ਹਾਂ, ਪਰ ਉਹ ਬੰਦਾ ਉਹਨੂੰ ਸਲਾਮ ਆ ਮਿਹਨਤ ਪੱਕਾ। ਦੱਸਦਾ ਤੁਸੀਂ ਜਾ ਕੇ ਡਾਕਟਰ ਦੇ ਲੇਟ ਲੇਟ ਹੋਏ ਨਾ, ਠੀਕ ਹੈ ਬਾਈ ਆਣਾ ਫਿਰ ਲੇਟ ਹੁੰਦਾ। ਚਲ ਕੋਈ ਨਹੀਂ ਓਕੇ ਬਾਈ ਕੱਟ ਦੇ ਉਧਰੋਂ ਕੱਟ ਦੇ। ਹਾਂਜੀ ਮਿੱਤਰੋ ਕੀ ਹਾਲ ਚਾਲ, ਠੀਕ ਠਾਕ ਜ਼ਰੂਰ। ਅੱਜ ਵਿਹਲੇ ਹੀ ਮੈਂ ਚਲ ਸਰਦਾਰ ਨਾਲ ਗੱਲਬਾਤ ਕਰਦੇ ਹਾਂ, ਗੱਲਾਂ ਤਾਂ ਚਲੋ ਮੈਂ ਹੋਏ ਲਾਈਵ ਹੋਇਆ ਸੀਗਾ ਉਹ ਚਲ ਐਡ ਕਰ ਲਿਆ ਆਪਾਂ। ਚਲੋ ਠੀਕ ਆ ਵੀਰੋ, ਹੋਰ ਸਭ ਠੀਕ ਆ ਘਰ ਪਰਿਵਾਰ ਮੇਰਾ ਵੀਰ, ਖਿਆਲ ਰੱਖਿਓ ਆਪਣਾ ਹੈ ਨਾ, ਬਾਬਾ ਸੁੱਖ ਰੱਖੇ।